ਤਾਂ ਮੁੰਡਿਆਂ ਨੇ ਭੰਤੀ ਸਾਬਕਾ ਕੌਂਸਲਰ ਦੀ ਗੱਡੀ ਅੱਗੋਂ ਚੱਲ ਪਈਆਂ ਗੋਲੀਆਂ, ਫਿਰ ਮੁਹੱਲਾ ਬਣਿਆ ਗੈਂਗਲੈਂਡ। ਚਾਰੇ ਪਾਸੇ ਖੂਨ, ਇੱਟਾਂ ਅਤੇ ਚੀਕਾਂ ਦੀਆਂ ਵਾਸਾਂ। ਫਲੌਰ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਚੋਣ ਜ਼ਾਬਤਾ ਦੌਰਾਨ ਗੋਲੀਆਂ ਚੱਲੀਆਂ ਨੇ। ਜੀ ਹਾਂ, ਦੋ ਤਰ੍ਹਾਂ ਆਪਸ ਦੇ ਵਿੱਚ ਜਿਨ੍ਹਾਂ ਦੀ ਲੜਾਈ ਹੋ ਜਾਂਦੀ ਹੈ, ਜਿਸ ਤੋਂ ਬਾਅਦ ਫਾਇਰਿੰਗ ਹੋਈ ਹੈ। ਸਾਬਕਾ ਕੌਂਸਲਰ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ, ਇੱਟਾਂ ਮਾਰੀਆਂ ਗਈਆਂ ਨੇ, ਗੇਟ ਭੰਨੇ ਗਏ ਨੇ। ਮੌਕੇ 'ਤੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ, ਕਿਵੇਂ ਗਲੀ ਮੁਹੱਲੇ ਦੇ ਵਿੱਚ ਭੀੜ ਲੱਗੀ ਹੋਈ ਹੈ। ਦੋਹਾਂ ਤਰ੍ਹਾਂ ਦਾ ਕਹਿਣਾ ਹੈ ਕਿ ਇੱਕ ਦੂਜੇ 'ਤੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ 15 ਸਾਥੀਆਂ ਦੇ ਨਾਲ ਇੱਕ ਨੌਜਵਾਨ ਗਲੀ ਦੇ ਵਿੱਚ ਆ ਕੇ ਹੱਲਾ ਕਰਦਾ ਹੈ, ਜਿਸ ਤੋਂ ਬਾਅਦ ਉਹਨੂੰ ਰੋਕਿਆ ਗਿਆ। ਤਾਂ ਦੋਹੇ ਧਿਰਾਂ ਦੀ ਇਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਤੋਂ ਬਾਅਦ ਸਾਬਕਾ ਕੌਂਸਲਰ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ, ਜੋ ਕਿ ਵਿੱਚ ਉਜਾਗਰ ਆਇਆ ਸੀ। ਪਰ ਵੱਡੀ ਖਬਰ ਹੈ ਫਲੋਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਣ ਜਾਬਤਾ ਲੱਗਣ ਦੌਰਾਨ ਵੀ ਅੱਜ ਦੋ ਧਿਰਾਂ ਦੀ ਲੜਾਈ ਹੋਈ ਅਤੇ ਗੋਲੀ ਵੀ ਚੱਲੀ। ਪੁਲਿਸ ਕੀ ਕਰ ਰਹੀ ਹੈ? ਲੋਕਾਂ ਦਾ ਸਵਾਲ ਹੈ, ਦਿਓ ਜਵਾਬ। ਸੰਜੂ ਦੀ ਵਾਈਫ ਆ ਮੈਂ, ਜਿਹਦੇ ਪਹਿਲਾਂ ਗੋਲੀ ਚੱਲੀ ਸੀ। ਹਾਂਜੀ, ਜਿਹਦੇ ਪਹਿਲਾਂ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ। ਹਾਂਜੀ, ਤੇ ਅੱਜ ਛੋਟੇ ਜਿਹੇ ਮੁੰਡੇ ਨਾਲ, ਛੋਟੇ ਮੁੰਡੇ ਨਾਲ, ਜੀ ਵਿਜੇ ਦਾ ਮੁੰਡਾ 17 ਸਾਲ ਦਾ, ਉਹਦੇ ਨਾਲ ਲੜਾਈ ਹੋ ਗਈ। ਮਨੀ ਦੇ ਮੁੰਡੇ ਦੀ, ਮਨੀ ਦੇ ਮੁੰਡੇ ਦੀ ਵੇਸ ਵਸਾਈ ਹੋਈ, ਅਸੀਂ ਹਟਾ ਕੇ ਅਲੱਗ ਅਲੱਗ ਕਰ ਦਿੱਤੇ ਆ। ਤੇ ਉਹ ਵੀਜਾ ਆਇਆ, ਲੁਧਿਆਣੇ ਜਾ ਰਿਹਾ ਸੀ ਵੀਜਾ, ਵੀਜਾ ਵਾਪਸ ਆਇਆ, ਮੈਂ ਵੀਜੇ ਦੇ ਨਾਲ ਨਾਲ ਹੀ ਆਈ। ਮੈਂ ਕਿਹਾ ਬਾਈ ਕੋਈ ਲੜਾਈ ਨਹੀਂ, ਕੋਈ ਪੜ੍ਹਾਈ ਨਹੀਂ, ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ, ਮੈਂ ਲਾਂਭਾ ਹੀ ਦੇਣ ਜਾ ਰਿਹਾ ਉਹਨਾਂ ਨੂੰ। ਤੇ ਇਹ ਮਨੀ ਤੇ ਮਨੀ ਦੇ ਘਰ ਵਾਲੀ ਆਈ ਇੱਥੇ ਨੱਠ ਕੇ, ਤੇ ਉਹ ਵੀਜੇ ਦੇ ਹੱਥ ਭੜੱਥੀ ਜਿਹਾ ਪੈਣ ਲੱਗਾ। ਵੀਜੇ ਨੇ ਮਾਰਤੀ ਉਹਦੇ ਚਪੇੜ, ਚਪੇੜ ਮਾਰਤੀ ਉਹਦੇ ਮੁੰਡੇ ਨੇ, ਦੇਖ ਲਿਆ ਤਾਂ ਚਪੇੜ ਮਾਰੀ ਮੇਰਾ ਡੈਡੀ ਦੇ। ਉਹਨੇ ਉਹ ਖੂੰਜੇ 'ਚੋਂ ਖੜ ਕੇ, ਉਹਦੇ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਕੇ ਸੀ, ਜਦੋਂ ਦੇਖ ਲਿਆ ਨਾ ਵੀਜੇ ਆ ਗਿਆ, ਉੱਤੇ ਖੜੇ ਸੀ। ਉਹਨਾਂ ਨੇ ਉੱਤੋਂ 2 ਫੇਰ ਕੀਤੇ ਆ, ਜਦੋਂ ਉਹਨਾਂ ਨੇ ਫੇਰ ਕੀਤੇ ਤਾਂ ਵੀਜੇ ਲੋਖੇ ਨੱਠ ਕੇ ਇੱਧਰ ਨੂੰ ਹੋ ਗਿਆ। 2 ਫੇਰ ਹੋਇਆ, ਦੇਖ ਪਹਿਲਾਂ ਵੀ ਸਾਡਾ ਸੀ ਇਹੀ ਰੀਤੀ ਚਾਹੁੰਦੇ ਆ, ਤੇ ਪਹਿਲਾਂ ਵੀ ਮੇਰੇ ਘਰ ਵਾਲੇ ਤੇ ਗੋਲੀ ਇਹੀ ਗੱਲ ਤੋਂ ਚੱਲੀ ਆ। ਹੈਂ, ਪਾਰਸਲ ਨੇ ਚੜਾਈ ਆ, ਪਾਰਸਲ ਆ ਜਿਹੜਾ ਉਹਦਾ ਮੁੰਡਾ, ਮਨੀ ਦਾ ਮੁੰਡਾ, ਮਨੀ ਦਾ ਮੁੰਡਾ ਦਾ 2 ਫੇਰ ਹੋਏ ਆ, 2 ਫੇਰ ਹੋਇਆ, 2 ਫੇਰਾ ਮੰਦਰ ਦੀ ਤੁਹਾਨੂੰ ਬਸ ਇਹੀ ਚਾਹੁੰਦੇ ਤੇ ਸਾਨੂੰ ਇਨਸਾਫ ਚਾਹੀਦਾ। ਕੁਛ ਨਹੀਂ ਹੋਇਆ, ਜਿਹੜੇ ਸ਼ੇਖ, ਮੇਰਾ ਨਾਮ ਬਰਖਾ ਜੀ, ਕੁਛ ਨਹੀਂ ਹੋਇਆ। ਇੱਥੇ ਮੁੰਡੇ ਸੀ, ਮੇਰੇ ਇਕੱਲੇ ਮੁੰਡੇ ਨੇ ਇੱਥੇ ਘੇਰ ਲਿਆ, 5-6 ਜਣਿਆਂ ਨੇ ਮੇਰੇ ਨਾਲ ਬਹਿਸ ਵਸਾਈ। ਮੈਂ ਕਿਹਾ ਪੁੱਤ ਚਲੋ ਜਾਓ, ਮੈਂ ਕਿਹਾ ਵੀਜੇ ਦਾ ਮੁੰਡਾ ਵੀ ਸੀ, ਅਨਕੇਤ ਹੁਣੀ, ਸ਼ੇਖ ਹੁਣੀ, ਸਾਰੇ ਜਣੇ ਸੀ, 5-7 ਜਣੇ। ਮੈਂ ਕਿਹਾ ਪੁੱਤ ਕੋਈ ਲੜਾਈ ਨਹੀਂ, ਤੁਸੀਂ ਰੋਜ਼ ਰੋਜ਼ ਲੜਦੇ, ਨਾ ਚੰਗੇ ਲਾਦੇ ਵੀ ਆਪਾਂ ਕਹਿੰਦੇ ਇੱਥੇ ਜ਼ਮੀਨਾਂ ਵੰਡਣੀਆਂ। ਮੈਂ ਵੀਜੇ ਦੇ ਮੁੰਡੇ ਨੂੰ ਕਿਹਾ, ਮੈਂ ਕਿਹਾ ਵੀਜੇ, ਮੈਂ ਕਿਹਾ ਕਾਕਾ ਤੇਰੀ ਕੋਈ ਲੜਾਈ ਨਹੀਂ, ਕਹਿੰਦਾ ਮੇਰੇ ਭਰਾ ਨਹੀਂ ਆ ਗਏ, ਕਹਿੰਦਾ ਮੇਰੇ ਭਰਾ ਵਾ, ਕਹਿੰਦਾ ਨਾ ਅਨਕੇਤ ਹੁਣੀ, ਵਿਸ਼ੇਕ ਹੁਣੀ। ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਆ, ਦੁਸ਼ਮਣ ਆ। ਇੱਥੇ ਵੀਜਾ ਆਇਆ 10-20 ਬੰਦੇ ਲੈ ਕੇ, ਮੈਂ ਆਰਾਮ ਨਾਲ ਵੀਜੇ ਕੋਲ ਗਈ, ਮੈਂ ਕਿਹਾ ਵੀਜੇ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ। ਵੀਜੇ ਨੇ ਮੇਰੇ ਚਪੇੜ ਕੱਢ ਕੇ ਮਾਰੀ, ਕਹਿੰਦਾ ਚੱਲ ਗਸਤੀਏ, ਕਹਿੰਦਾ ਭੈਣ ਚੋਦੀਏ, ਕਹਿੰਦਾ ਉੱਥੇ ਮੈਨੂੰ ਢਾਲਿਆ ਉਹਨੇ। ਮੈਂ ਨਿਆਣੇ ਲੈ ਕੇ ਦੌੜ ਕੇ ਅੰਦਰ ਵੜ ਗਈ ਆਪਣੇ, ਮੈਂ ਗੁੰਡਾ ਲਾ ਲਿਆ, ਮੇਰੇ ਕੋਠੇ ਚੜ ਗਏ 10-20 ਜਣੇ, ਸਾਰਿਆਂ ਨੇ ਮੇਰਾ ਘਰ ਉੱਤੋਂ ਕਮਰਾ ਤੋੜਦਾ ਹਮਲਾ ਕੀਤਾ, ਮੇਰੇ ਘਰ ਕੋਲ ਟੈਕ ਘੇਟਾ, ਮੇਰੇ ਇੱਟ ਚੱਲੀ ਵੀ ਮੈਂ ਕੋਠੇ ਤੋਂ ਆਪਣੇ ਮੁੰਡੇ ਨਹੀਂ ਅੰਦਰੋਂ ਬਾਹਰ ਕੱਢੇ। ਉਹ ਵੀਜੇ ਨੇ ਕੀਤਾ ਜੀ, ਇੱਥੇ ਬੰਦਾ ਪਰੇ ਕਰਕੇ ਗੋਲੀ ਚਲਾਈ ਆ, ਵੀਜੇ ਅਭਿਸ਼ੇਕ ਉਹਨਾਂ ਨੇ, ਇਹਨਾਂ ਨੇ ਚਲਾਈ, 20 ਬੱਚਿਆਂ ਨੇ ਫੈਲ ਕੀਤਾ ਇਹਨਾਂ ਨੇ, ਮੁੰਡਿਆਂ ਨੇ। ਫਿਰ ਮੁੰਡੇ ਵੀਜੇ ਵੂਜੇ ਹੋਣੀ ਸੀ, ਮੈਂ ਤਾਂ ਉਹਦੇ ਮੁੰਡੇ ਲੈ ਕੇ ਦੌੜ ਗਈ। ਵੀਜਾ ਸੀ ਵੀਜੇ ਨਾਲ ਮੁੰਡੇ, ਕਾਲੀ ਸੀ, ਹਾਬੀ ਸੀ, ਅਭਿਸ਼ੇਕ ਸੀ, ਅਨਕੇਤ ਸੀ, ਬਹੁਤ ਜਣੇ ਮੁੰਡੇ ਸੀ, ਅੰਗਤ ਸੀ। ਹਾਂਜੀ, ਪਤਾ ਚੱਲਿਆ ਤੇ ਮੌਕੇ ਤੇ ਜਾ ਕੇ ਸ਼ਾਮਿਲ ਕਰ ਰਹੇ ਹਾਂ, ਜੋ ਵੀ ਤੁਹਾਨੂੰ ਹੋਮ ਦੱਸ ਦਿਓ, ਜੋ ਵੀ ਲੜ ਪੈ ਗਏ ਤਾਂ ਦੱਸ ਤੁਹਾਨੂੰ ਦੱਸ ਦਿੱਤੇ ਜਾ ਗਿਆ। ਕੀ ਖੈਰ ਦੋਨਾਂ ਤਰਫ ਹੋ ਗਿਆ? ਮੈਨੂੰ ਕੁਛ ਪਤਾ ਨਹੀਂ ਲੱਗਦਾ, ਖੈਰ ਹੋਏ ਉਦੋਂ, ਖੈਰ ਹੋ ਗਿਆ, ਕੀ ਲੱਗਦਾ, ਕੀ ਲੱਗਦਾ, ਕੀ ਗੱਲਬਾਤ ਹੈ? ਦੋਨਾਂ ਦੀ ਟੈਂਸ਼ਨ ਚੱਲਦੀ ਹੈ ਪੁਰਾਣੀ, ਦੋਨਾਂ ਤਰ੍ਹਾਂ ਦੀ। ਹਾਂਜੀ, ਉਹਦੀ ਸਾਨੂੰ ਚੱਲ ਰਹੀ ਹੈ। ਪਾਰਟੀ ਕੌਣ ਕੌਣ ਹੈ?
ਇੱਕ ਵਿਜੇ ਕੁਮਾਰ ਇੱਕ ਮੁੰਡਾ ਹੋਰ ਭਲਾ ਜਿਹਾ ਨਾ ਆਪਣੇ ਮਨੀ ਦਾ ਮੁੰਡਾ ਮਨੀ ਲਾਲ ਦਾ ਉਹਦਾ ਬੰਦੇ ਕਾਬੂ ਕੀਤਾ ਕੋਈ ਨੀ ਕਾਬੂ ਕੀਤਾ ਜੀ ਕਿੰਨੇ ਫੈਰ ਹੋਏ ਆ ਦੋ ਲੱਗਦੇ ਆ ਦੋ ਫੈਰ ਹੋਏ ਹਾਂਜੀ ਕੀ ਕਾਰਵਾਈ ਕਰ ਰਹੇ ਚੱਲ ਰਹੀ ਕਰ ਰਹੇ